ਬਾਜੀ ਹੁਣੇ 5 ਮਿੰਟ ਹੋਏ ਆ ਮੈਂ ਵੀ ਉੱਥੇ ਬੈਠਾ ਹੀ ਹਾਂ ਮੈਂ ਆ ਕੇ ਉਹ ਤੋਂ ਗੱਲਾਂ ਕਰਦਾ ਬਾਬਾ ਕਹਿੰਦਾ ਚੱਲ ਬੈਠੀਏ ਦੁਕਾਨੇ ਤਾਂ ਜੇ ਮੈਂ ਇਕੱਲਾ ਹੁੰਦਾ ਫੇਰ ਮਾਰ ਉਹ ਬਾਜੀ ਦਾ ਬੀਬੀ ਚੈੱਕ ਕਰਕੇ ਆਇਆ ਹੁਣੇ ਉੱਥੇ ਨਹੀਂ ਆ ਕੈਮਰਾ 2 ਲੱਗੇ ਹੋਗਾ ਹਾਂ ਆਹ ਕੈਮਰਾ ਕਹਿ ਕੇ ਮਤਲਬ ਤੇ 2 ਲੱਗੇ ਹੋਗਾ ਅੱਛਾ ਮੈਂ ਤਾਂ ਉਧਰ ਦੇਖ ਰਿਹਾ ਅਜੀ ਤਾਂ ਹਾਂ ਕੀ ਕਰਦੀ ਉਹ ਇੱਧਰ ਬੈਠਾ ਮੈਂ ਤਾਂ ਇੱਥੇ ਬੈਠਾ ਇਹ ਕਰਦਾ ਉਹ ਕਹਿੰਦਾ ਮੇਰਾ ਪਤਾ ਨਹੀਂ ਕਰਦਾ ਇਹ ਕਹਿੰਦਾ ਵੀ ਮੈਂ ਇੱਧਰ ਬੈਠਾ ਤੇ ਜਦੋਂ ਮੰਨ ਲਓ ਇਹ ਤਾਂ ਬੈਠਾ ਇਹ 2 ਮਾਰੀਆਂ ਮੈਂ ਤਾਂ ਮੈਂ ਖੜਾ ਹੋ ਗਿਆ ਐਸਾ ਕਿ ਮੈਨੂੰ ਤਾਂ ਇਹ ਨਹੀਂ ਆਇਆ ਕੁਝ ਕਰੇ ਜਿਹੜੇ ਕਰੇ ਤਾਂ ਮੈਂ ਕਹੂੰ ਕੀ ਆ ਤਾਂ ਮੈਂ ਹੁਣ ਹੱਥਾਂ ਤੇ ਮੇਰੇ ਵੱਲ ਹੋ ਗਿਆ ਤੇ ਜਦੋਂ ਹੋ ਗਿਆ ਉਹ ਤਾਂ ਬਾਹਰ ਦਾ ਉਹ ਵੀ ਖੜਾ ਜਾ ਡੱਬ ਜਾ ਤੋਂ ਗਿਆ ਜੋ 2 ਜਣੇ ਅੱਛਾ ਜਦੋਂ ਮੈਂ ਕੱਲੇ ਫੜਿਆ ਕੱਲੇ ਕਿਹਾ ਕਿ ਭੱਜ ਦੌੜ 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 ਕਹਿੰਦੇ ਦੌੜ 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 ਫਿਰ ਦੌੜ ਗਏ ਤੇ ਮੈਂ ਨਾ ਹੁੰਦਾ ਪਤਾ ਹੀ ਕੀ ਹੁੰਦਾ ਮੈਂ ਖਤਰਨਾਕ ਤਿੰਨ ਵੀਹ ਦੇ ਟਾਈਮ ਦੇ ਉੱਤੇ ਅਸੀਂ ਮੈਂ ਤਾਂ ਬਾਬਾ ਦਿਆਲ 2 ਜਾਣੇ ਇੱਥੇ ਬੈਠੇ ਗੱਲਾਂ ਕਰਦੇ ਚਾਰ ਬੰਦੇ ਮੋਟਰਸਾਈਕਲ 2 ਆਏ ਆ 2 ਉੱਤਰ ਕੇ ਅੰਦਰ ਆ ਗਏ ਆ ਜਿਨ੍ਹਾਂ ਨੇ ਮੂੰਹ ਬੰਨਿਓ ਸੀ ਆ ਕੇ ਇੱਥੇ ਕਹਿੰਦੇ ਮੇਰੇ ਸੱਟ ਲੱਗੀ ਆ ਐਕਸੀਡੈਂਟ ਹੋਇਆ ਜਦ ਮੈਂ ਉਹਦਾ ਹੱਥ ਦੇਖਿਆ ਉਹ ਚੀਕਾਂ ਮਰੀ ਜਾਵੇ ਉਦਾਂ ਹੀ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਤੇਰੇ ਸੱਟ ਤਾਂ ਕੁਛ ਵੀ ਨਹੀਂ ਇੱਥੇ ਉਹਨੇ ਇੰਨੀ ਗੱਲ ਕਹਿਣ ਡੇ ਕਹਿੰਦਾ ਡੀਪ ਡਾਕਟਰ ਤੁਸੀਂ ਆ ਬਸ ਇੰਨੀ ਗੱਲ ਕਹੀ ਆ ਨਾਲੇ ਮੇਰੇ ਮੁੱਕਾ ਮਾਰਿਆ ਨਾਲੇ ਪਾਗਲਾ ਇੰਨੇ ਦੇ ਹੱਥੋਂ ਭਾਈ ਹੋਣ ਲੱਗ ਪਿਆ ਬਾਬਾ ਉਧਰੋਂ ਪੈ ਗਿਆ ਦੌੜ ਗਏ ਹਥਿਆਰ ਨੂੰ ਉਹਨੂੰ ਜੇਬ ਨੂੰ ਹੱਥ ਪਾਇਆ ਆਪਣੇ ਡੱਬ ਨੂੰ ਪਤਾ ਨੀ ਸੀ ਕੁਛ ਕਿ ਨਹੀਂ ਅਸੀਂ ਦੇਖਿਆ ਨੀ ਕੁਛ ਵੀ ਐਵੇਂ ਕਹਿ ਦੇਵਾਂ ਮੈਂ ਕੋਈ ਚੀਜ਼ ਨੀ ਮੈਂ ਦੇਖੀ ਦੌੜਦੇ ਦੇਖੇ ਅਸੀਂ ਪੁਲਿਸ ਵਾਲੇ ਦਾ ਫਿਰ ਬਾਅਦ ਚ ਅਸੀਂ 112 ਨੰਬਰ ਤੇ ਫੋਨ ਕੀਤਾ ਉੱਥੋਂ ਫਿਰ ਹੋਇਆ ਤਾਂ ਫਿਰ ਪੁਲਿਸ ਵਾਲੇ SHO ਹੋਣਾ ਮੌਕਾ ਦੇਖ ਕੇ ਚਲੇ ਗਏ